ਜਦੋਂ 2 ਕਰੋੜ ਦੀ ਗੱਲ ਚੱਲੀ ਤੇ ਇਹ ਮੁਤਾਬ बच्चन ਦੀ ਗੱਲ ਚੱਲੀ ਤੇ ਮੁਤਾਬ बच्चन ਨੇ ਇਤਰਾਜ਼ ਕੀਤਾ ਕਿ 2 ਕਰੋੜ 2 ਕਰੋੜ ਦੀ ਗੱਲ ਹੋ ਰਹੀ 10 ਕਰੋੜ ਦੀ ਕਿਉਂ ਨਹੀਂ ਹੋ ਰਹੀ ਮੈਂ ਤੇ 10 ਕਰੋੜ ਦਿੰਦਾ ਸਰਸਾ ਨੇ ਬੋਲੇ ਕਿ ਮੈਂ ਪਤਾ ਨਹੀਂ ਕਿਹੜੇ ਲਫ਼ਜ਼ ਨਹੀਂ ਮੇਰੇ ਕੋ ਮੈਂ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਾਂ ਜਿਹੜਾ ਉਹਨਾਂ ਨੇ ਸਾਨੂੰ ਨਵਾਜਿਆ ਤੇ ਚੰਗੇ ਲਫ਼ਜ਼ ਕਹਿ ਕੇ ਨਵਾਜਿਆ ਉਹ ਤੇ ਐਕਟਰ ਆ ਉਹ ਤੇ ਬੜਾ ਪਤਾ ਨਹੀਂ ਕੀ ਕੀ ਕਹਿ ਕੇ ਨਵਾਜੂਗਾ ਸਰ ਇਹ ਇਹ ਕੀ ਡਰਾਮਾ ਹੈ ਆਪਣੀ ਆਪਣੀ ਸ਼ਕਲ ਦਿਖਾਉਣ ਲਈ ਆਪਣੀ ਪ੍ਰਪਤਾ ਕਰਉਣ ਲਈ ਤੁਸੀਂ ਲੱਖ ਲੱਖ ਰੁਪਇਆ ਗੋਲਕਾ ਦਾ ਜਿਹੜਾ ਟੀਵੀ ਵਾਲਿਆਂ ਨੂੰ ਦਿਓ ਮੈਂ ਹੈਰਾਨ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ 50 ਸਾਲ ਸਾਡੇ ਦੇ ਕਿਸ ਤਰ੍ਹਾਂ ਸਾਡੇ ਮਰਿਆ ਹੋਇਆ ਸੱਪਕ ਸਾਡੇ ਗੱਲ ਚ ਪਿਆ ਰਿਹਾ ਮੁੰਡੇ ਅੱਜ ਤੱਕ 30-30 ਸਾਲ ਤੋਂ ਅੰਦਰ ਨੇ ਤੂੰ ਰਾਜ ਕਰਕੇ ਘਰ ਬਹਿ ਗਿਆ ਤੇ ਹੁਣ ਤੂੰ ਆਪਣੀ ਜ਼ਮੀਨ ਤਲਾਸ਼ਦਾ ਫਿਰਦਾ ਬੇਦਬੀ ਸਾਡੀ ਜਿੰਨੀ ਗੁਰੂ ਗ੍ਰੰਥ ਸਾਹਿਬ ਵੀ ਤੇਰੇ ਥਰੂ ਅਸੀਂ ਕਰਵਾ ਬੈਠੇ ਹਾਂ ਕਦੀ ਰਹੁਣਾ ਹੋਈ ਤੇ ਨਾ ਹੋਣੀ ਹੈ ਜਵਾਬ ਤੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਆ ਅਕਾਲੀ ਦਲ ਦੀ ਆ ਪ੍ਰਬੰਧਕ ਕਮੇਟੀ ਦੀ ਆ ਅਖਾਲ ਤਖਦੀ ਆ ਇਹ ਖਮੋਸ਼ ਨਹੀਂ ਇੱਕ ਥਾਣੇ ਦਾ ਮੁਨਸ਼ੀ ਜਿਹੜਾ ਉਹ ਦੱਸ ਦਿੰਦਾ ਹੈ ਕਿ ਮੈਂ ਐਸ ਗਨਮੈਨ ਨੂੰ ਐਸ ਪੁਲਿਸ ਅਫਸਰ ਨੂੰ ਇੰਨੀਆਂ ਗੋਲੀਆਂ ਤੇ ਐ ਰੈਫਲ ਦਿੱਤੀ ਇੰਨੀਆਂ ਗੋਲੀਆਂ ਚਲਾ ਕੇ ਇੰਨੀਆਂ ਵਾਪਸ ਲਿਆ ਜੱਥੇਦਾਰ ਧਿਆਨ ਸਿੰਘ ਮੰਡਾ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸਹਿਯੋਗ ਨਹੀਂ ਕਰਾਂਗੇ ਕੋਈ ਵੀ ਸਿੱਖੋ ਨਵੀਂ ਐਸਆਈਟੀ ਨੂੰ ਸਹਿਯੋਗ ਨਾ ਕਰੋ ਇਸ ਜਿਹੜਾ ਬਿਆਨ ਹੈ ਉਸ ਨੂੰ ਕਿੱਦਾਂ ਦੇਖੀਏ ਨਾ ਤਾਂ ਕੋਈ ਕੇਸ ਉਹਨਾਂ ਵੱਲੋਂ ਦਾਇਰ ਕੀਤਾ ਗਿਆ ਨਾ ਤਾਂ ਉਸ ਕੇਸ ਨੂੰ ਕੇ ਡਬਲ ਬੈਂਚ ਅੱਗੇ ਚੈਲੰਜ ਕੀਤਾ ਗਿਆ ਨਾ ਹਾਈ ਸੁਪਰੀਮ ਕੋਰਟ ਗਏ ਨੇ ਤਾਕੀ ਲੱਗਦਾ ਹੈਗਾ ਉਹ ਵੀ ਚੁੱਪ ਕਰਕੇ ਬੈਠੇ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਮੰਗਣ ਵਾਲੇ ਜਿਹੜੇ 100 100 ਸਾਲ ਰੀਕਦੇ ਨੇ ਅਦਾਲਤਾਂ ਦੇ ਚੱਕਰ ਕੱਟਦੇ ਨੇ ਜਸਟਿਸ ਨਹੀਂ ਮਿਲਦਾ ਇਹਨਾਂ ਨੂੰ ਘਰ ਬੈਠਿਆਂ ਨੂੰ ਮਿਲੀ ਆ ਤੇ ਇਹਦਾ ਕੋਈ ਕਾਰਨ ਹੈ ਪ੍ਰਾਇਮਰੀ ਸ਼ਾਹ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਆਨੰਦਪ੍ਰੀਤ ਸਿੰਘ ਪੰਜਾਬ ਦੇ ਵਿੱਚ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਮਾਮਲਾ ਬੜਾ ਗਰਮਾਇਆ ਜਾਂਦਾ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਮੋਰਚਾ ਲੱਗਦਾ ਹੈ ਤੇ ਉਸ ਤੋਂ ਬਾਅਦ ਕੁਝ ਸਿੱਖਾਂ ਦੇ ਉੱਤੇ ਅਣਪਛਾਤੇ ਪੁਲਿਸ ਵਾਲਿਆਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਜਿਹੜਾ ਇਲਜ਼ਾਮ ਉਹ ਵੀ ਲੱਗਦਾ ਉਸ ਤੋਂ ਬਾਅਦ ਐਸਆਈਟੀਆਂ ਬਣਦੀਆਂ ਨੇ ਐਸਆਈਟੀਆਂ ਤੋਂ ਬਾਅਦ ਜਾਂਚ ਹੁੰਦੀ ਹੈ ਤੇ ਇੱਕ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਹੁੰਦੀ ਹੈ ਜਿਸ ਨੂੰ ਕੁਮਰ ਵਿਜੇ ਪ੍ਰਤਾਪ ਹੈਡ ਕਰ ਰਹੀ ਸੀ ਤੇ ਉਸ ਦੀ ਹਾਈ ਕੋਰਟ ਦੇ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ ਰਿਪੋਰਟ ਨੂੰ ਤੇ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀ ਸਿਆਸਤ ਜਿਹੜੀ ਉਹ ਗਰਮਾਈ ਹੋਈ ਹੈ ਪੰਥਕ ਟੀਰਾਾਂ ਤੇ ਸਿਆਸੀ ਟੀਰਾਾਂ ਇਕੱਠੀਆਂ ਹੋਈਆਂ ਨੇ ਸਰਕਾਰਾਂ ਦੇ ਉੱਤੇ ਮੋਰਚੇ ਜੜਦੀਆਂ ਨੇ ਸਰਕਾਰਾਂ ਦੇ ਉੱਤੇ ਮੋਰਚਾ ਖੋਲ੍ਹ ਦਿੱਤਾ ਹੈ ਕਿ ਕੈਪਟਨ ਤੇ ਬਾਦਲ ਕੇ ਰਲੇ ਹੋਏ ਨੇ ਤੇ ਕੈਪਟਨ ਸਾਹਿਬ ਬਾਦਲਾਂ ਦਾ ਜਿਹੜਾ ਬਚਾਓ ਕਰ ਰਹੇ ਨੇ ਸਾਡੇ ਨਾਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਖਰ ਮੁੱਦੇ ਦਾ ਹੱਲ ਕਿੱਥੇ ਦੇਖਦੇ ਨੇ ਉਹ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਪ੍ਰਾਈਮੇਰੀਆ ਟੀਵੀ ਦੇ ਭਾਈ ਸਾਹਿਬ ਕਿੱਦਾਂ ਦੇਖਦੇ ਹੋ ਤੁਸੀਂ ਇਕੱਠ ਕੀਤਾ ਸੀਗਾ ਗੁਰਦੁਆਰਾ ਹਮਸਾਹਿਬ ਦੇ ਵਿੱਚ ਸਿਆਸੀ ਧਿਰਾਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਸੀ ਕਿਹਾ ਸੀ ਕਿ ਕੋਟਕਪੂਰਾ ਚੌਂਕ ਦੇ ਵਿੱਚ ਜਿਹੜੀ ਹਾਈ ਕੋਰਟ ਦੀ ਆਰਡਰ ਆਇਆ ਉਸ ਨੂੰ ਉਹਦੀ ਕਾਪੀਆਂ ਨੂੰ ਸੜਾਂਗੇ ਪਰ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਏ ਤੁਹਾਨੂੰ ਨਹੀਂ ਲੱਗਦਾ ਕਿ ਮੁੱਦਾ ਇੰਨਾ ਗਰਮਾਇਆ ਹੋਇਆਗਾ ਮੁੱਦੇ ਨੂੰ ਲੋਕ ਜਾਣਨਾ ਚਾਹੁੰਦੇ ਨੇ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਤੇ ਤੁਸੀਂ ਚੁੱਪੀ ਦੜ ਕੇ ਬੈਠ ਗਏ ਘਰੇ ਨਹੀਂ ਉਹ ਰੌਲਾ ਪਾਇਆ ਵੀ ਕੋਈ ਗੱਲ ਨਹੀਂ ਨਾ ਬਣਦੀ ਇਹ ਕੋਟਾਂ ਦੇ ਫੈਸਲੇ ਹੁੰਦੇ ਨੇ ਕੋਰਟਾਂ ਦੇ ਵਿੱਚ ਜਿਹੜਾ ਕੰਮ ਵੀ ਸਿਸਟਮੈਟਿਕਲੀ ਹੁੰਦਾ ਹੈ ਉਹ ਲੱਠ ਮਾਰਨੀ ਤਰੀਕੇ ਨਾਲ ਹੁੰਦਾ ਕੋਰਟ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਉਸ ਨੁਕਸਾਨ ਦੇ ਨਾਲ ਜਿਹੜਾ ਅੱਗੋਂ ਪ੍ਰਭਾਵਿਤ ਹੋਇਆ ਸਾਰਾ ਮਾਮਲਾ ਉਹ ਉਹ ਸਾਨੂੰ ਦਿਸ ਰਿਹਾ ਕਿ ਉਹਦੇ ਵਿੱਚ ਸਾਨੂੰ ਕੁਝ ਲੱਭਣਾ ਨਹੀਂ ਅਸੀਂ ਹੁਣ ਵੀ ਸਰਕਾਰ ਨੂੰ ਉਹੀ ਬਾਰ-ਬਾਰ ਪ੍ਰੈਸ਼ਰ ਬਿਲਡ ਕਰ ਰਹੇ ਹਾਂ ਕਿ ਇਹ ਜਿਹੜੀ ਜਿਹੜੀ ਤੁਸੀਂ ਜੱਜਮੈਂਟ ਲੈ ਲਈ ਆ ਹਾਈ ਕੋਰਟ ਤੋਂ ਚੁੱਪ ਕਰਕੇ ਇਹ ਨਹੀਂ ਸੀ ਲੈਣੀ ਚਾਹੀਦੀ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਇਹਦਾ ਉਸੇ ਟਾਈਮ ਤੇ ਜੱਜ ਨੂੰ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਤੁਹਾਡੇ ਖਿਲਾਫ ਜਾਵਾਂਗੇ ਤੁਸੀਂ ਉਹਨੂੰ ਸਹਿਮਤੀ ਦੇ ਦਿੱਤੀ ਕਿ ਅਸੀਂ ਸੇਮ ਮੈਂਬਰੀ ਦਾ ਸੈੱਟ ਜਿਹੜੀ ਬਣਾ ਕੇ ਤੇ ਅਸੀਂ ਐਂ ਕਰਦੇ ਆਂਗੇ ਮੈਨੂੰ ਯਾਦ ਆ ਤੁਸੀਂ ਕਹਿੰਦੇ ਸੀ ਕਿ ਸੁਪਰੀਮ ਕੋਰਟ ਜਾਣਾ ਚਾਹੀਦਾ ਜਾਂ ਡਬਲ ਬੈਂਚ ਕੋਲੇ ਜਾਣਾ ਚਾਹੀਦਾ ਪਰ ਤੁਹਾਡੀ ਮੰਗ ਜਿਹੜੀ ਤੁਹਾਡੀ ਗੱਲ ਉਹ ਨਹੀਂ ਸੁਣੀ ਪੰਜਾਬ ਸਰਕਾਰ ਨੇ ਉਸ ਨੂੰ ਮੰਨ ਵੀ ਲਿਆ ਅੰਦਰਖਾਤੇ ਜਿੱਦਾਂ ਨਵਜੋਤ ਸਿੰਘ ਨੇ ਕਿਹਾ ਕਿ ਅੰਦਰਖਾਤੇ ਮੰਨ ਵੀ ਲਿਆ ਉਸ ਗੱਲ ਨੂੰ ਤੇ ਨਵੀਂ ਐਸਆਈਟੀ ਬਣਾਉਣ ਦਾ ਮਤਲਬ ਇਹੀ ਹੈ ਨਾ ਕਿ ਹਾਈ ਕੋਰਟ ਦੀ ਜੁਡੀ ਜਜਮੈਂਟ ਆਈ ਹੈ ਉਸ ਨੂੰ ਪ੍ਰਵਾਨ ਕਰ ਲੈਣਾ ਹਾਂ ਪ੍ਰਵਾਨ ਕਰ ਲਿਆ ਜੀ ਉਹਨਾਂ ਨੇ ਕਰ ਲੈਣਾ ਨਹੀਂ ਪ੍ਰਵਾਨ ਕਰ ਲਿਆ ਤਾਂ ਹੀ ਇਹਨਾਂ ਨੇ ਸੈੱਟ ਬਣਾਈ ਆ ਬਟ ਜਿਹੜੀ ਜਜਮੈਂਟ ਆ ਉਹਦੇ ਵਿੱਚ ਇਹ ਜਿਹੜਾ ਕੇਸ ਆ ਬੜਾ ਉਲਝਿਆ ਹੋਇਆ ਇਹਦੇ ਵਿੱਚ 6 ਤੋਂ ਵੱਧ ਹੈਗੀਆਂ ਨੇ ਐਫਆਈਆਰਾਂ ਇੱਕ ਐਫਆਈਆਰ ਹੈਗੀ ਆ ਜਿਹੜੀ ਆਮ ਸਿੱਖ ਵੱਲੋਂ ਕਰਾਈ ਜਾਂਦੀ ਆ ਇੱਕ ਐਫਆਈਆਰ ਆ ਜਿਹੜੀ ਆਮ ਸਿੱਖ ਵੱਲੋਂ ਕਰਾਈ ਗਈ ਜੀ ਗੁਰੂ ਗ੍ਰੰਥ ਸਾਹਿਬ ਐਸ ਪਿੰਡ ਦੇ ਵਿੱਚ ਚੋਰੀ ਹੋ ਗਿਆ ਦੂਜੀ ਐਫਆਈਆਰ ਦੀ ਸਾਨੂੰ ਇਸ਼ਤਿਹਾਰ ਲੱਗੇ ਮਿਲੇ ਨੇ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਤੇ ਲੱਭਣ ਵਾਲੇ ਨੂੰ ਅਸੀਂ 10 ਲੱਖ ਦੇਾਂਗੇ ਤੇ ਨਹੀਂ ਤੇ ਅਸੀਂ ਆ ਪਾੜ ਕੇ ਛੁਟਾਂਗੇ ਤੀਸਰੀ ਐਫ ਆਈ ਆਰ ਇਹ ਆ ਜੀ ਉਹ ਪਾੜ ਕੇ ਛੁੱਟ ਦਿੱਤਾ ਗਿਆ ਉਹਦੇ ਬਾਅਦ ਬੜਾ ਕਮਸਾਨ ਹੋਇਆ ਇਹ ਐਫ ਆਈ ਆਰਾਂ ਏ ਬੀ ਸੀ ਤਿੰਨ ਖਾਨਿਆਂ 'ਚ ਪਈਆਂ ਨੇ ਜਿਹੜੀ ਸੀ ਖਾਨੇ ਵਾਲੀ ਐਫ ਆਈ ਆਰ ਆ ਉਹ ਕਈ ਦਿਨਾਂ ਦੇ ਬਾਅਦ ਬਹੁਤ ਦੇਰ ਬਾਅਦ ਕਰਾਈ ਗਈ ਕੋਟਕਪੂਰੇ 'ਚ ਤੋ ਕਰਾਈ ਪੁਲਿਸ ਮੈਨਾਂ ਨੇ ਪੁਲਿਸ ਮੈਨਾਂ ਨੇ ਕਰਾਈ ਕੀਤੀ ਸਿੱਖਾਂ ਦੇ ਖਿਲਾਫ ਕੇ ਸਿੱਖ ਸਾਡੇ ਤੇ ਚੜ ਕੇ ਆ ਗਿਆ ਸੀ ਨੂੰ ਫਿਰ ਐ ਕੀਤਾ ਫਿਰ ਐ ਹੋ ਗਿਆ ਫਿਰ ਗੋਲੀ ਚੱਲ ਗਈ ਉਹ ਜਿਹੜੀਆਂ ਐਫ ਆਰਾਂ ਨੇ ਉਹ ਜੂੰਦੀਆਂ ਨੇ ਜਿਹੜੀਆਂ ਪਹਿਲੀਆਂ ਐਫ ਆਰਾਂ ਨੇ ਜਿਨ੍ਹਾਂ ਤੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਿਹੜੀ ਉਹ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਟਰ ਦੋਵਾਂ ਨੂੰ ਤੇ ਲਾਂਬੇ ਕਰ ਦਿੱਤਾ ਗਿਆ ਤੇ ਜਿਹੜੇ ਵਿੱਚ ਉਹ ਤੇ ਫਸਦੇ ਸੀ ਉਹ ਪੋਤੋਂ ਉਹਨਾਂ ਨੂੰ ਕਲੀਨ ਸ਼ੀਟ ਦੇ ਦਿੱਤੀ ਗਈ ਤੇ ਆਰਡਰ ਕਰ ਦਿੱਤਾ ਗਿਆ ਕਿ ਇਹ ਜਿਹੜੀ ਇਹ ਇਹ ਜਿਹੜੀ ਕੋਟਕਪੂਰ ਦੇ ਵਿੱਚ ਐਫ ਆਰ ਲਿਖੀ ਗਈ ਆ ਉਹਨੂੰ ਦੁਬਾਰਾ ਉਹਦੀ ਜਾਂਚ ਕਰ ਲਈ 6 ਮਹੀਨੇ ਦੇ ਵਿੱਚ ਵਿੱਚ ਇੱਕ ਸੈੱਟ ਬਣਾਈ ਜਾਵੇ ਉਹ ਜਿਹੜਾ ਉਹ ਜਿਹੜਾ 6 ਮਹੀਨਿਆਂ ਵਾਲੀ ਜਿਹੜੀ ਹੈਗੀ ਐਫ ਆਰ ਆ ਜਾਂ ਜਿਹੜਾ ਦਾਇਰਾ ਆ ਉਸ ਦਾਇਰੇ ਦੇ ਵਿੱਚ ਕਿਹੜੀ ਸੈੱਟ ਆ ਜਿਹੜੀ ਕਲੀਨ ਚਿੱਟ ਦਿੱਤੀ ਜਿਹੜੇ ਬੰਦਿਆਂ ਨੂੰ ਉਹਨਾਂ ਦੇ ਖਿਲਾਫ ਜਾ ਕੇ ਇਨਵੈਸਟੀਗੇਸ਼ਨ ਕਰੋ। ਸਾਡੀ ਦਰਬਾਰ ਬਦਲ ਕਹਿ ਰਿਹਾ ਅਸੀਂ ਤਾਂ ਕਲੀਨ ਚਿੱਟ ਮੰਗੀ ਨਹੀਂ। ਅਸੀਂ ਬਿਲਕੁਲ ਦੁੱਧ ਧੋਤੇ ਆ ਸਾਫ਼ ਸਾਡਾ ਅਕਸ ਹੈ ਤੇ ਤਾਈ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਸਾਨੂੰ ਕਲੀਨ ਚਿੱਟ ਦਿੱਤੀ ਹੈ ਨਾ। ਉਸਤਾਨ ਦੇ ਇਤਿਹਾਸ ਦੇ ਵਿੱਚ ਮੰਗਣ ਵਾਲੇ ਜਿਹੜੇ 100 100 ਸਾਲ ਰੀਂਗਦੇ ਨੇ ਅਦਾਲਤਾਂ ਦੇ ਚੱਕਰ ਕੱਟਦੇ ਨੇ ਜਸਟਿਸ ਨਹੀਂ ਮਿਲਦਾ। ਇਹਨਾਂ ਨੂੰ ਘਰ ਬੈਠਿਆਂ ਨੂੰ ਮਿਲੀ ਆ ਤੇ ਇਹਦਾ ਕੋਈ ਕਾਰਨ ਹੈ। ਇਹੇ ਦਾ ਹੀ ਸਾਨੂੰ ਦੁੱਖ ਆ। ਕਿ ਤੁਹਾਨੂੰ ਘਰ ਬੈਠਿਆਂ ਨੂੰ ਕਲੀਨ ਚਿੱਟ ਮਿਲੀ ਤੁਸੀਂ ਵਿਕਟਰੀ ਬਣਾ ਕੇ ਲੱड्डੂ ਵੰਡੇ ਤੇ ਪਿੰਡੋਂ ਪਿੰਡੀ ਪ੍ਰਚਾਰ ਸ਼ੁਰੂ ਕੀਤਾ ਫੇ ਅਸੀਂ ਜਿੱਤ ਗਏ ਤੇ ਸਾਡਾ ਸਵਾਲ ਹੈ ਤੇ ਹਾਰਿਆ ਕੌਣ ਹਰਾਇਆ ਕਿਸ ਨੇ ਮਸਲਾ ਤੁਹਾਡਾ ਤੁਹਾਡੇ ਹੁੰਦਿਆਂ ਕੇਸ ਬਣਿਆ ਤੁਸੀਂ ਇਹਨੂੰ ਇਨਵੈਸਟੀਗੇਸ਼ਨ ਦੇ ਰਾਹ ਤੇ ਤੋਰਿਆ ਆਪਣੀ ਇਨਵੈਸਟੀਗੇਸ਼ਨ ਨੂੰ ਆਪ ਹੀ ਨਹੀਂ ਮੰਨਿਆ ਤੇ ਜਿਹੜੇ ਦੋਸ਼ੀ ਸੀ ਤੁਹਾਡੇ ਨਿਗਾ ਚ ਤੇ ਤੁਸੀਂ ਆਪਣੀ ਸਰਕਾਰ ਦੀ ਹੁੰਦਿਆਂ ਹੀ ਉਹਨਾਂ ਨੂੰ ਨੰਗੇ ਨਹੀਂ ਕਰ पाए ਤੇ ਇਹਦਾ ਮਤਲਬ ਕਿਤਨਾ ਕਿਤੇ ਇਹੀ ਹੈ ਕਿ ਤੁਸੀਂ ਆਪ ਦੋਸ਼ੀ ਸੀ ਤੇ ਤੁਹਾਡੇ ਖਿਲਾਫ ਜਿਹੜਾ ਜੋ ਕੁਝ ਵੀ ਹੋਇਆ ਤੁਸੀਂ ਉਹਨੂੰ ਉਹਦਾ ਰਾਹ ਰੋਕਿਆ ਲੱਤ ਗੱਡ ਕੇ ਰਾਹ ਰੋਕਿਆ ਜੇ ਪੁਲਿਸ ਦੇ ਖਿਲਾਫ ਹੁਣ ਜਿਹੜੀ ਸਟ ਨੇ ਕੰਮ ਕਰਨਾ ਹੈ ਉਹਨੇ ਪੁਲਸੇ ਖਿਲਾਫ ਜਿਹੜੀ ਹੋਈ ਆ ਕਾਰਵਾਈ ਉਹਦੇ ਉਹਨੂੰ ਦੇਖਣਾ ਹੈ ਪੁਲਿਸਮੈਨ ਜਿਹੜੇ ਨੇ ਉਹ ਹੁਣ ਕਿਵੇਂ ਕਿਵੇਂ ਸਜ਼ਾ ਜਾਂ ਹਫਤਾ ਹੋ ਸਕਦੇ ਨੇ ਜੇ ਇਹਨਾਂ ਦਾ ਵੱਡਾ ਜਿਹੜਾ ਆਗੂ ਸੀ ਵਾਲੀ ਬਾਬਾ ਉਹ ਹੀ ਕਲੀਨ ਚੈਟ ਮਿਲ ਗਈ ਉਹਨੂੰ ਤੇ ਤੋਂ ਅਸੀਂ ਇਹ ਜਿਹੜਾ ਸਾਰਾ ਕੇਸ ਦੇਖਿਆ ਇਸ ਕੇਸ ਦੇ ਵਿੱਚ ਇਹ ਸਾਡਾ ਇਹ ਜਿਹੜਾ ਜੱਜ ਆ ਤੇ ਜੱਜ ਦੇ ਅੱਗੇ ਜਿਹੜਾ ਵਕੀਲ ਖੜਾ ਇਹਨਾਂ ਦੀ ਮਿਲੀ ਭੁਗਤ ਜਿਹੜੀ ਆ ਜੱਜ ਦੀ ਵਕੀਲ ਦੀ ਬਾਦ ਸਾਹਿਬ ਨਾਲ ਸਾਂਝ ਕਿਵੇਂ ਸਾਂਝ ਕਿਵੇਂ ਸਾਂਝ ਇਹਨਾਂ ਦੀ ਇਸ ਤਰ੍ਹਾਂ ਚਟਾਲਾ ਦੇ ਐਡਵੋਕੇਟ ਜਨਰਲ ਸਨ ਅਸ਼ੋਕ ਅਗਰਵਾਲ ਉਹਨਾਂ ਦੇ ਸੀਨੀਅਰ ਡਿਪਟੀ ਐਡਵੋਕੇਟ ਸਨ ਸਹਿਰਾਵਤ ਰਾਜबीर ਜਿਹੜੇ ਜੱਜ ਜਿਹੜੇ ਜੱਜ ਬਣ ਕੇ ਜਨਨ ਫੈਸਲਾ ਦਿੱਤਾ ਉਹਨਾਂ ਦੇ ਜੂਨੀਅਰ ਸਨ ਜੂਨੀਅਰ ਜਿਹੜਾ ਸੀ ਉਹ ਜੱਜ ਬਣ ਗਿਆ ਤੇ ਵਕੀਲ ਜਿਹੜਾ ਸੀ ਉਹਦੇ ਅੱਗੇ ਹੁਣ ਵਕੀਲ ਬਣ ਕੇ ਖੜਾ ਤੇ ਜਿਹੜੇ ਜਿਹੜੇ ਜੱਜਾਂ ਜਿਹੜੇ ਜਿਹੜੇ ਰਾਜਿਆਂ ਨੇ ਉਹਨੂੰ ਜੱਜ ਬਣਾਇਆ ਉਹਨਾਂ ਦਾ ਫੈਸਲਾ ਹੁਣ ਇਹੀ ਜਿਹੜਾ ਵਕੀਲ ਆ ਜਿਹੜਾ ਵਕੀਲ ਬਣ ਕੇ ਆਰਗੂ ਕਰ ਰਿਹਾ ਉਹ ਉਹ ਪੰਜਾਬ ਸਰਕਾਰ ਦਾ ਜਨਰਲ ਐਡਵੋਕੇਟ ਰਹਾ ਤੋਂ ਜੇ ਅੱਜ ਇਹ ਜਿਹੜਾ ਮਜੀਠੀਆ ਜਿਹੜਾ ਉੱਲੂ ਬਣਾਉਂ ਰਿਹਾ ਸਾਰੀ ਕੌਮ ਨੂੰ ਆਪ ਉੱਲੂ ਆ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਇਹ ਦੋਵੇਂ ਪਿਓ ਪੁੱਤ ਇਨਵੈਸਟੀਗੇਸ਼ਨ ਕਰਨ ਲਈ ਜਾਂ ਹਟਾਉਣ ਲਈ ਐਪਲੀਕੈਂਟ ਬਣ ਕੇ ਅਰਜੀ ਦੇਣ ਵਾਲੇ ਬਣ ਗਏ ਤੇ ਜੱਜ ਤੇ ਵਕੀਲ ਉਸੇ ਟਾਈਮ ਆਪਣੀ ਥਾਂ ਬਦਲ ਜਾਣਗੇ ਇਹ ਤੁਹਾਡਾ ਕੇਸ ਕਿਸੇ ਹੋਰ ਥਾਂ ਲੱਗੂਗਾ ਤੁਹਾਡੇ ਜਾਣਕਾਰ ਜੱਜਾਂ ਕੋਲ ਨਹੀਂ ਲੱਗੂਗਾ ਜਾਣਕਾਰ ਜੱਜਾਂ ਦਾ ਫਾਇਦਾ ਲੈ ਲਈ ਇਹਨਾਂ ਨੇ ਇੱਕ ਪੁਲਿਸਮੈਨ ਨੂੰ ਅੱਗੇ ਲਾ ਕੇ ਉਹ ਤੋਂ ਐਪਲੀਕੇਸ਼ਨ ਦਵਾਈ ਪੁਲਿਸਮੈਨ ਵੀ ਉਹ ਜਿਹੜਾ ਅਪਰੂਵਰ ਜੀ ਦਾ ਬਿਆਨ ਲਿਆ ਤੇ ਮజిਸਟ੍ਰੇਟ ਨੇ ਲਿਆ ਮజిਸਟ੍ਰੇਟ ਨੇ ਜਦੋਂ ਬਿਆਨ ਲੈ ਲਿਆ ਤੇ ਉਹ ਬਿਆਨ ਤੇ ਸੀਲ ਬੰਦ ਕੋਰਟ ਚ ਪਿਆ ਸੈਸ਼ਨ ਕੋਰਟ ਚੋਂ ਤੇ ਟ੍ਰਾਇਲ ਹੀ ਨਹੀਂ ਹੋਇਆ ਉਹ ਆ ਕੇ ਸ਼ਿਕਾਇਤ ਕਰ ਰਿਹਾ ਜੱਜ ਨੂੰ ਹਾਈ ਕੋਰਟ ਚ ਕਿ ਇਨਵੈਸਟੀਗੇਸ਼ਨ ਅਫਸਰ ਮੇਤੇ ਜ਼ੁਲਮ ਕਰ ਰਿਹਾ ਇਨਵੈਸਟੀਗੇਸ਼ਨ ਅਫਸਰ ਕਿਵੇਂ ਜ਼ੁਲਮ ਕਰ ਗਿਆ ਤੇਰਾ ਬਿਆਨ ਤੇ ਲਿਆ ਮਜਿਸਟ੍ਰੇਟ ਨੇ ਤੇ ਦਿੱਤਾ ਤੂੰ ਆਪਣੀ ਮਰਜ਼ੀ ਨਾਲ ਉਹ ਹਜੇ ਸੇਲ ਬੰਦ ਆ ਤੇਰੇ ਤੇ ਜ਼ੁਲਮ ਕਿਵੇਂ ਹੋ ਗਿਆ ਇਹ ਜਿਹੜਾ ਜੱਗੋਂ ਤੇਰਵਾ ਜਿਹੜਾ ਕਾਰਜ ਹੋਇਆ ਨਾ ਇਹ ਹਾਈ ਕੋਰਟ ਚ ਪਹਿਲਾ ਇੱਕ ਹਿਸਟਰੀ ਆ ਇਸ ਕੇਸ ਦੀ ਤੇ ਮੈਨੂੰ ਲੱਗਦਾ ਕੋਈ ਵੀ ਜੱਜ ਇਹ ਇਹਦੀ ਰੂਲਿੰਗ ਨਹੀਂ ਬਣਾਊਗਾ ਜਿਹੜੀ ਬੀਜੇ ਪ੍ਰਤਾਪ ਦੀ ਜਿਸ ਤਰੀਕੇ ਨਾਲ ਰਿਪੋਰਟ ਦੇ ਉੱਤੇ ਤੁਹਾਨੂੰ ਯਕੀਨ ਵੱਜਦਾ ਹੈਗਾ ਉਹਨਾਂ ਦੀ ਰਿਪੋਰਟ ਦੇ ਉੱਤੇ ਕਿਉਂਕਿ ਕੋਰਟ ਕਹਿ ਰਹੀ ਹੈ ਕਿ ਉਹਨਾਂ ਨੇ ਕਲਪਿਤ ਕਹਾਣੀਆਂ ਲਿਖਤੀਆਂ ਨੇ ਨਹੀਂ ਕਲਪਿਤ ਕਹਾਣੀਆਂ ਕੋਈ ਵੀ ਜਿਹੜਾ ਨਾ ਇਹ ਫਿਲਮ ਥੋੜੀ ਜਿਹੀ ਕਲਪਿਤ ਕਹਾਣੀਆਂ ਹਰੇਕ ਜਿਹੜੀ ਚੀਜ਼ ਤੁਸੀਂ ਮੈਜਿਸਟ੍ਰੇਟ ਕੋਲ ਜਾਂ ਜੱਜ ਕੋਲ ਪੇਸ਼ ਕਰਦੇ ਹੋ ਉਹਦਾ ਪ੍ਰੂਫ ਵਿਦ ਪ੍ਰੂਫ ਦੇਣਾ ਪੈਂਦਾ ਕਿਤੇ ਨਾ ਕਿਤੇ ਲਿਖਤੀ ਕਿਤੇ ਨਾ ਕਿਤੇ ਰਿਕਾਰਡ ਜਿਹੜਾ ਹੁੰਦਾ ਉਹ ਉਹਦੇ ਬਾਰੇ ਕਿਤੇ ਨਾ ਕਿਤੇ ਜਿਹੜੇ ਸਮਾਂ ਜਿਹੜੇ ਸਮੇਂ ਚੋਂ ਨਿਕਲੇ ਉਹ ਸਮੇਂ ਚ ਹਾਲਾਤ ਜਿਹੜੇ ਬਣੇ ਉਹਨਾਂ ਦਾ ਦਿਲ ਦੇਣਾ ਪੈਂਦਾ ਇਹ ਨਹੀਂ ਹੋ ਸਕਦਾ ਇਹ ਕਮਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਬਹੁਤ ਤਕੜੀ ਹੋਈ ਆ ਔਰ ਉਹ ਬੰਦਾ ਸੀ ਉਹਦੀ ਥਾਂ ਤੇ ਹੁੰਦਾ ਕੋਈ ਹੋਰ ਤੇ ਇਥੋਂ ਤੱਕ ਪਹੁੰਚ ਨਹੀਂ ਸੀ ਸਾ ਜਸੂ ਤੱਕ ਪਹੁੰਚ ਗਿਆ ਹੋਰ ਵਿੱਚ ਪ੍ਰਤਾਪ ਨੇ ਕਿਹਾ ਕਿ ਉਹਨੇ ਲਾਇਸੈਂਸ ਲੈ ਲਿਆ ਹੁਣ ਵਕਾਲਤ ਦਾ ਖੁਦ ਕੇਸ ਨੂੰ ਕੇਸ ਵੀ ਕੇਸ ਦੀ ਪੈਰਵਾਹੀ ਕਰਨਗੇ ਪਰ ਹਾਲੇ ਤੱਕ ਨਾ ਤਾਂ ਕੋਈ ਕੇਸ ਉਹਨਾਂ ਵੱਲੋਂ ਦਾਇਰ ਕੀਤਾ ਗਿਆ ਨਾ ਤਾਂ ਉਸ ਕੇਸ ਨੂੰ ਅੱਗੇ ਡਬਲ ਬੈਂਚ ਅੱਗੇ ਚੈਲੰਜ ਕੀਤਾ ਗਿਆ ਨਾ ਹਾਈ ਸੁਪਰੀਮ ਕੋਰਟ ਗਏ ਨੇ ਤਾਂ ਕੀ ਲੱਗਦਾ ਹੈਗਾ ਉਹ ਵੀ ਚੁੱਪ ਕਰਕੇ ਬੈਠੇ ਨੇ ਇਹ ਜਿਹੜੀਆਂ ਗੱਲਾਂ ਨੇ ਨਾ ਜਿਹੜੀਆਂ ਤੁਸੀਂ ਕਹਿੰਦੇ ਚੁੱਪ ਕਰਕੇ ਬੈਠੇ ਨੇ ਸਾਰਾ ਰੌਲਾ ਪਾਉਣ ਵਾਲੀਆਂ ਗੱਲਾਂ ਇਮੀਡੀਏਟਲੀ ਨਹੀਂ ਹੁੰਦੀਆਂ ਹੁੰਦੀਆਂ ਹਰ ਇੱਕ ਗੱਲ ਦਾ ਇੱਕ ਸਮਾਂ ਹੁੰਦਾ ਇਹ ਉਹਨਾਂ ਨੇ ਵੈਰੋਕੇਟ ਕੀ ਕਰਨਾਗਾ ਆਪਣੇ ਵਿਖੇ ਚ ਇਹਦਾ ਸਾਨੂੰ ਨਹੀਂ ਪਤਾ ਲੇਕਿਨ ਐਜ ਅਫਸਰ ਉਹਨੇ ਨੇਕ ਨੀਅਤ ਨਾਲ ਜਿਹੜਾ ਕੰਮ ਕੀਤਾ ਸੀ ਉਹਦੀ ਇਜ਼ਤ ਕਰਦੇ ਆ ਤਾਂ ਇੱਕ ਨਵੀਂ ਐਸਆਈਟੀ ਜਿਸ ਤਰੀਕੇ ਨਾਲ ਬਣੀ ਆ ਉਸ ਤੋਂ ਬਾਅਦ ਜਿਹੜੇ ਜਥੇਦਾਰ ਧਿਆਨ ਸਿੰਘ ਮੰਡਾ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸਹਿਯੋਗ ਨਹੀਂ ਕਰਾਂਗੇ ਕੋਈ ਵੀ ਸਿੱਖੋ ਨਵੀਂ ਐਸਆਈਟੀ ਨੂੰ ਸਹਿਯੋਗ ਨਾ ਕਰੋ ਇਸ ਜਿਹੜਾ ਬਿਆਨ ਆ ਉਸ ਨੂੰ ਕਿੱਦਾਂ ਦੇਖ ਰਹੇ ਹੋ ਫਿਰ ਇਹ ਇਹ ਉਹਨਾਂ ਨੂੰ ਪਤਾ ਹੋਊਗਾ ਮੱਡ ਸਾਹਿਬ ਨੂੰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਤਾਂ ਕੁਪਰ ਵੀ ਜੇ ਪ੍ਰਤਾਪ ਨੂੰ 골ਡ ਮੈਡਲਿਸਟ 골ਡ ਮੈਡਲ ਵੀ ਦਿੱਤਾ ਜਾਂਦਾ ਉਹ ਲੈਣ ਵਾਲੇ ਜਾਂ ਦੇਣ ਵਾਲੇ ਜਾਣਣ ਅਸੀਂ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਇਹਦੀ ਅੰਤਰੀ ਭਾਵਨਾ ਜਿਹੜੇ ਨਾਲ ਜੁੜੇ ਹੋਏ ਆ ਵੀ ਇਹ ਇਹ ਇਹਦਾ ਇਹ ਤਹਿਸ਼ ਨਾ ਨਹੀਂ ਹੋਣੀ ਚਾਹੀਦੀ ਇਹ ਰਾਜਨੀਤੀ ਦੀ ਭੇਟ ਨਹੀਂ ਚੜ੍ਹਣੀ ਚਾਹੀਦੀ ਸਾਡੇ ਉਥੇ ਦੋ ਸਿੱਖ ਬੱਚੇ ਦੀ ਜਾਨ ਗਈ ਹੈ ਉਥੇ ਸੈਂਕੜੇ ਗੋਲੀਆਂ ਨਾਲ ਵਿੰਨੇ ਗਏ ਆ ਜ਼ਖਮੀ ਹੋਇਆ ਇਹ ਜਿਹੜਾ ਬਾਦਲ ਕਹਿ ਰਿਹਾ ਜਿਹੜੀ ਤੁਸੀਂ ਲਫ਼ਜ਼ ਪਹਿਲਾਂ ਬੋਲਿਆ ਕਿ ਲਾਪਤਾ ਪੁਲਿਸ ਗੋਲੀਆਂ ਅਰਪਛਾਤੀ ਪੁਲਿਸ ਜਿਹੜੀ ਆ ਉਹ ਗੋਲੀਆਂ ਮਾਰ ਕੇ ਚਲੇ ਗਈ ਕਦੀ ਸਟੇਟ ਦੀ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਇੱਕ ਥਾਣੇ ਦਾ ਮੁਨਸ਼ੀ ਜਿਹੜਾ ਉਹ ਦੱਸ ਦਿੰਦਾ ਹੈ ਕਿ ਮੈਂ ਐਸ ਗਨਮੈਨ ਨੂੰ ਐਸ ਪੁਲਿਸ ਅਫਸਰ ਨੂੰ ਇੰਨੀਆਂ ਗੋਲੀਆਂ ਤੇ ਇਹ ਰਾਈਫਲ ਦਿੱਤੀ ਇੰਨੀਆਂ ਗੋਲੀਆਂ ਚਲਾ ਕੇ ਆ ਇੰਨੀਆਂ ਵਾਪਸ ਲਿਆ ਗੋਲੀਆਂ ਦੀ ਗਿਣਤੀ ਉੱਥੇ ਹੋ ਜਾਂਦੀ ਹੈ ਉਹ ਤੇ ਮੁਨਸ਼ੀ ਦੱਸ ਦਿੰਦਾ ਥਾਣੇ ਦਾ ਤੇ ਤੇ ਸੀਆਮ ਬਾਦਲ ਤੇ ਇਹ ਕਿਉਂ ਨਾ ਦੱਸੇ ਇਹ ਕਿਉਂ ਅਣਪਛਾਤੀ ਪੁਲਸਕਾ ਹੈ ਇਹਨਾਂ ਦੇ ਇਰਾਦੇ ਸ਼ੁਰੂ ਤੋਂ ਮਾੜੇ ਸੀ ਉਹਦੇ ਵਿੱਚ ਇਕਤਾ 1 ਜੂਨ ਦੀ ਜਿਹੜੀ ਤਰੀਕ ਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਆ ਸੋਚਣ ਲਈ ਜਾਂ ਡਰਾਮੇਬਾਜ਼ੀ ਕਰਨ ਲਈ ਜਾਂ ਇੱਕ ਪਲਾਨ ਬਣਾਉਣ ਲਈ ਕਿ ਉਸ ਜਗ੍ਹਾ ਤੇ ਹਰਮੰਦਰ ਸਾਹਿਬ ਤੇ ਆ ਹਜੂਮ ਨਾਲ ਜੁੜੇ ਅਸੀਂ ਇੱਧਰ ਉਹਨੂੰ ਕਨਵਰਟ ਕਰ ਲਈਏ ਇੱਧਰ ਕੋ ਪੰਗਾ ਪਾ ਕੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ 1 ਜੂਨ ਦੇ ਨਾਲ ਜੁੜੀਆਂ ਹੋਣ ਕਰਕੇ ਇੱਥੇ ਸਾਡਾ ਜਿਹੜਾ ਜੋ ਕੁਛ ਵੀ ਨੁਕਸਾਨ ਹੋਇਆ ਮੈਂ ਮੈਂ ਹੈਰਾਨ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ 50 ਸਾਲ ਸਾਡੇ ਤੇ ਕਿਸ ਤਰ੍ਹਾਂ ਇਹ ਸਾਡੇ ਮਰਿਆ ਹੋਇਆ ਸੱਪ ਸਾਡੇ ਗਲ ਚ ਪਿਆ ਰਿਹਾ ਅਸੀਂ ਸਾਡਾ ਪੰਜਾਬ ਰੁੜ ਗਿਆ ਜਿਹੜਾ ਸੋਨੇ ਦੀ ਚਿੜੀ ਸੀ ਅੱਜ ਭਖਾਰੀ ਬਣ ਗਿਆ ਤੁਹਾਡੇ ਕੋਲ ਨਾ ਅੱਜ ਧਰਮ ਰਿਹਾ ਨਾ ਸਾਡੀ ਰਾਜਨੀਤੀ ਰਹੀ ਨਾ ਸਾਡੀ ਆਰਥਿਕਤਾ ਰਹੀ ਨਾ ਸਾਡੇ ਬੱਚੇ ਰਹੇ ਜਿਹੜੇ ਯੰਗ ਬੱਚੇ ਉਹ ਵਿਦੇਸ਼ਾਂ ਨੂੰ ਤੁਰੇ ਜਾ ਰਹੇ ਨੇ ਤੇ ਅਸੀਂ ਅੱਜ ਇੱਥੇ ਸਾਡੀ ਗਿਣਤੀ ਘਟਦੀ ਜਾ ਰਹੀ ਆ ਅਸੀਂ ਕੱਖੋਂ ਔਲੇ ਹੋ ਕੇ ਤੁਰੇ ਫਿਰਦੇ ਆਂ ਤੇ ਕਈ ਵਾਰੀ ਐਦਾਂ ਹੁੰਦਾ ਰਹੇ ਜੀ ਕੁਝ ਲੋਕ ਉਹਨਾਂ ਨੂੰ ਮਾੜਾ ਕਹਿ ਦਿੰਦੇ ਨੇ ਕੁਝ ਲੋਕ ਤੁਹਾਨੂੰ ਮਾੜਾ ਕਹਿ ਦਿੰਦੇ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਤੁਸੀਂ ਆਪਣੇ ਸਮੇਂ ਕੀ ਕੀਤਾ ਜਿਹੜੀ ਸਿੱਖ ਕੌਮ ਦੇ ਲਈ ਇਹ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਸਿੱਖ ਕੌਮ ਦੇ ਲਈ ਕੀ ਕੀਤਾ ਕਿ ਸਿੱਖ ਕੌਮ ਲਈ ਤੁਹਾਡਾ ਤੁਹਾਡੀ ਹਮੇਸ਼ਾ ਰਹੀ ਨਹੀਂ ਰਹੇ ਸਿੱਖੋ ਜੋ ਕੁਝ ਬਾਦਲਾਂ ਨੇ ਮਾੜਾ ਕੀਤਾ ਉਹ ਤਾਂ ਮੈਂ ਰੋਜ਼ ਰੋਲਾ ਪਾਉਣਾ ਤੂ ਕੋ-ਕੋ ਕੇ ਪਾਉਂਦੇ ਆ 25 ਸਾਲ ਹੋ ਗਏ ਜੋ ਕੁਝ ਮੈਂ ਮਾੜਾ ਕੀਤਾ ਉਹ ਇਹ ਦੱਸ ਦੇਣਾ ਇਹ ਦੱਸਣਗੇ ਤਾਂ ਪਤਾ ਲੱਗੂ ਮੈਂ ਥੋੜਾ ਦੱਸੂਗਾ ਜੇ ਮੈਂ ਮਾੜਾ ਕੀਤਾ ਹੋਇਆ ਤਾਂ ਮੈਂ ਕਿਉਂ ਦੱਸੂ ਆ ਇਹ ਤੇ ਮੇਰੇ ਦੁਸ਼ਮਣ ਦੱਸ ਸਕ ਇਹ ਹੁਣ ਬਾਦਲਾਂ ਨੂੰ ਦੱਸਣਾ ਚਾਹੀਦਾ ਮੈਂ ਕੀ ਗੁਨਾਹ ਕੀਤਾ ਮੈਂ ਕੀ ਮਾੜਾ ਕੀਤਾ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਚੰਗੀ ਸਿਆਸਤ ਹੋਣੀ ਚਾਹੀਦੀ ਹੈ ਇੱਕ ਚੰਗੇ ਪਾਸੇ ਨੂੰ ਪੰਜਾਬ ਨੂੰ ਤੋਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਨਜ਼ਰਾਂ ਲਗਾ ਕੇ ਬੈਠੇ ਨੇ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨੂੰ ਜੇਲਾਂ ਦੇ ਵਿੱਚ ਉਹ ਜਸਲਾਖਾਂ ਦੇ ਪਿੱਛੇ ਹੋਣ ਤੇ ਇਨਸਾਫ ਮਿਲੇ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੁਹਾਨੂੰ ਲੱਗਦਾ ਕਿ ਕਦੇ ਪੰਜਾਬੀਆਂ ਨੂੰ ਇਨਸਾਫ ਮਿਲ ਸਕੂਗਾ ਮੇਰੀ ਨਾ ਲੜਾਈ ਇਹ ਹੈ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹੀ बार-बार ਪੁੱਛਦਾ ਹਾਂ ਕਿ ਇੱਕ ਤੁਸੀਂ ਮੋਰਚਾ ਲਾਇਆ ਧਰਮਯੋਧ ਮੋਰਚਾ ਉਸ ਮੋਰਚੇ ਤੁਸੀਂ ਅਕਾਲ ਤਖਤ ਦਾ ਮਿਸਯੂਜ ਕੀਤਾ ਅਕਾਲ ਤਖਤ ਦੀ ਦਿੱਲੀ ਦੇ ਤਖਤ ਨਾਲ ਲੜਾਈ ਆ ਪੰਥ ਇਕੱਠਾ ਹੋ ਜਵੇ ਮਰਜੀਵੜੇ ਬਣੋ ਸਰਟੀਫਿਕੇਟ ਵੰਡੇ ਗਏ ਸਾਰਾ ਕੁਝ ਜਿਹੜਾ ਹੋ ਗਿਆ ਉਹ ਸਾਰਾ ਕੁਝ ਜਿਹੜਾ ਹੋਇਆ ਉਹਦੇ ਵਿੱਚ ਮਰਜੀਵੜੇ ਬਣੇ ਉਹ ਮਰੇ ਗੋਲੀਆਂ ਨਾਲ ਵਿਨੇ ਗਏ ਲੇਕਿਨ ਜਿਹੜੇ ਜਿਉਂਦੇ ਨੇ ਉਹ 25 25 30 30 ਸਾਲ ਤੋਂ ਜੇਲ੍ਹ 'ਚ ਬੈਠੇ ਨੇ ਤੇ ਤੂੰ 15 ਸਾਲ ਰਾਜ ਕਰਕੇ ਹੁਣ ਬੈਠਾ ਘਰ ਲੁਕਿਆ ਜਵਾਬ ਦੇ ਤੂੰ ਆ ਕਿ ਅਸੀਂ ਆ ਉਹ ਬੱਚੇ ਕਿਹਦੀ ਬਦੌਲਤ ਬੈਠੇ ਨੇ ਅੱਜ ਉਹ ਕਿਹਦੇ ਲਈ ਗਏ ਨੇ ਅੰਦਰ ਤੂੰ ਸਰਕਾਰ ਕਿਹਦੀ ਚਲਾ ਕੇ ਘਰ ਬੈਠਾ ਆਪਣੇ ਤੂੰ ਇਹ ਇਹ ਜਵਾਬ ਤੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਆ ਅਕਾਲੀ ਦਲ ਦੀ ਆ ਪ੍ਰਬੰਧਕ ਕਮੇਟੀ ਦੀ ਆ ਅਖਾਲਤਖ ਦੀ ਆ ਇਹ ਖਮੋਸ਼ ਨੇ ਕਦੇ ਕਾਲੀਦਲ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀਗਾ ਪਰ ਹੁਣ ਜਦੋਂ ਬਾਪਾਜਪਾ ਦੇ ਨਾਲ ਤੁਸੀਂ ਹੋਰ ਲੈ ਲੋ ਨਾ ਜਿਹੜੀ ਨਰੰਕਾਰੀਆਂ ਨੂੰ ਸ਼ੈਲਟਰ ਦਿੱਤਾ ਨਰੰਕਾਰੀਆਂ ਨੇ 13 ਸਿੱਖ ਮਾਰਤੇ ਉਹਦੇ ਕਿਸੇ ਬੰਦੇ ਨੂੰ ਤੂੰ ਸਜ਼ਾ ਨਹੀਂ ਦਿੱਤੀ ਤੂੰ ਸੀਐਮ ਪੰਜਾਬ ਦਾ ਇਹ ਸੱਚੇ ਸੌਦੇ ਵਾਲਾ ਰਾਮ ਰਹੀਮ ਜਿਹੜਾ ਉਹਦੇ ਡੇਰਿਆਂ ਚੋਂ ਗੋਲੀਆਂ ਚੱਲੀਆਂ ਸਿੱਖ ਮਰੇ ਕਿਸੇ ਨੂੰ ਜਸਟਿਸ ਨਹੀਂ ਮਿਲਿਆ ਸਰਕਾਰ ਤੇਰੀ ਇੱਥੇ ਜਿਹੜਾ ਨਕੋਦਰ ਵਾਲਾ ਜਿਹੜਾ ਬਕਸੇ ਚ ਪਿਆ ਮਾਰ ਕੇ ਇਹਦੇ ਬੰਦਿਆਂ ਨੇ ਦਰਸ਼ਨ ਸਿੰਘ ਨੂੰ ਮਾਰਤਾ ਜਸਟਿਸ ਨਹੀਂ ਮਿਲਿਆ ਸਰਕਾਰ ਤੇਰੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬੇਇੱਜ਼ਤੀ ਹੋਈ ਬੇਅਦਬੀ ਹੋਈ ਉਹ ਤੇਰੇ ਰਾਜ ਚ ਹੋਈ ਸੀਐਮ ਤੂੰ ਡਿਪਟੀ ਸੀਐਮ ਤੇਰਾ ਮੁੰਡਾ ਹੋਮ ਮਿਨਿਸਟਰ ਤੇਰਾ ਮੁੰਡਾ ਬੰਦੇ ਮਰ ਗਏ ਜਸਟਿਸ ਨਹੀਂ ਮਿਲਿਆ ਸੀਐਮ ਤੂੰ ਇਹ ਜਵਾਬਦੇਹੀ ਤੇਰੀ ਆ ਕਿ ਸਾਡੀ ਐ ਵੈਸੇ ਤੇ ਜੁੜਾ ਸਵਾਲ ਹੈ ਕਿ ਕਦੇ ਅਕਾਲੀ ਦਲ ਅਨੰਤਪੁਰ ਸਾਹਿਬ ਦੇ ਮੱਤੇ ਦੀ ਬੜੀ ਗੱਲ ਜੋਰਾਂ ਸ਼ੋਰਾਂ ਦੇ ਨਾਲ ਕਰਦਾ ਸੀਗਾ ਪਰ ਜਦੋਂ ਭਾਜਪਾ ਦੇ ਨਾਲ ਆ ਲਿਆ ਤਾਂ ਕਿਤਨਾ ਕਿਤੇ ਉਸ ਤੋਂ ਪਿੱਛੇ ਇੱਕ ਕਦਮ ਪੁੱਟ ਲਿਆ ਤੁਹਾਨੂੰ ਲੱਗਦਾ ਕਿ ਹੁਣ ਜਿਸ ਤਰੀਕੇ ਨਾਲ ਭਾਜਪਾ ਦੇ ਨਾਲ ਟੁੱਟ ਗਈ ਹੈ ਹੁਣ ਦੁਬਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਨੰਤਪੁਰ ਸਾਹਿਬ ਦਾ ਮਤਾ ਜਾਂ ਖੁਦ ਮੁਖਤਿਆਰੀ ਦੀ ਗੱਲ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ ਉਹ ਠਾ ਸਕੇਗੀ ਮੈਂ ਤੁਹਾਨੂੰ ਨਾ ਉਸੇ ਲਗਿਆ ਸੀਗਾ ਕਿ ਇਹਨਾਂ ਨੇ ਧਰਮ ਜੋਤ ਮੋਰਚਾ ਸ਼ੁਰੂ ਕੀਤਾ ਪੰਥ ਖਤਰੇ 'ਚ ਕਹਿ ਕੇ ਅਨੰਦਪੁਰ ਦਾ ਪ੍ਰਸਤਾਵ ਲਿਆਂਦਾ ਉਹ ਪ੍ਰਸਤਾਵ ਤੇ ਇਮਾਨਦਾਰੀ ਨਾਲ ਕੰਮ ਕਿਨੇ ਕਰਨਾ ਸੀ ਲੀਡਰ ਤੂੰ ਆ ਸਾਰਾ ਕੁਝ ਆਪਣੇ ਹੱਥ ਚ ਲੈ ਲਿਆ ਮਿਲਿਆ ਸਾਨੂੰ ਕੁਝ ਵੀ ਨਹੀਂ ਮੁੰਡੇ ਅਜੇ ਤੱਕ 30-30 ਸਾਲ ਤੋਂ ਅੰਦਰ ਨੇ ਤੂੰ ਰਾਜ ਕਰਕੇ ਘਰ ਬਹਿ ਗਿਆ ਤੇ ਹੁਣ ਤੂੰ ਆਪਣੀ ਜ਼ਮੀਨ ਤਲਾਸ਼ਦਾ ਫਿਰਦਾ ਬੇਦਬੀ ਸਾਡੀ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਤੇਰੇ ਥਰੂ ਅਸੀਂ ਕਰਵਾ ਬੈਠੇ ਆ ਕਦੀ ਰਹੁਣਾ ਹੋਈ ਤੇ ਨਾ ਹੋਣੀ ਤੂੰ ਇੱਥੇ ਕਿਹਦੇ ਤੇ ਤੁਸੀਂ ਹੋਰ ਰੋਪ ਲਾਓਗੇ ਕਿਨੂੰ ਅਸੀਂ ਕਹੀਏ ਮੇਰੇ ਤੇ ਲੋਪ ਰੋਪ ਲਗਾਓ 20 ਵਾਰੀ ਲਗਾਓ ਲੇਕਿਨ ਤੁਹਾਨੂੰ ਦੱਸਣਾ ਪਊਗਾ ਮੈਂ ਨੁਕਸਾਨ ਕੀ ਕੀਤਾ ਸਾਬ ਦਿੱਲੀ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜਿਹੜੀ ਅੱਜਕੱਲ ਬੜੇ ਚਰਚਾ ਦੇ ਵਿੱਚ ਨੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵੀ ਤੁਸੀਂ ਬੋਲ ਰਹੇ ਹੋ ਕਿਉਂਕਿ 2 ਕਰੋੜ ਰੁਪਏ ਅਮਿਤਾਬ ਬਚਨ ਤੋਂ ਲੈ ਲਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਜੇਕਰ ਕਿਸੇ ਨੇ ਕੋਈ ਮਦਦ ਦਿੱਤੀ ਹੈ ਤਾਂ ਕਰੋਨਾ ਮਹਾਮਾਰੀ ਦੇ ਟਾਈਮ ਦੇ ਉੱਤੇ ਲੈ ਲੈਣੀ ਚਾਹੀਦੀ ਸੀ ਜਾਂ ਨਹੀਂ ਲੈਣੀ ਚਾਹੀਦੀ ਤਾਂ ਕਿਉਂ ਨਹੀਂ ਲੈਣੀ ਚਾਹੀਦੀ ਸੀ ਦੇਖੋ ਇੱਕ ਤੇ ਜਿਹੜੀ ਮਦਦ ਦੇਣ ਦੀ ਜਾਂ ਲੈਣ ਦੀ ਗੱਲ ਹੁੰਦੀ ਆ ਨਾ ਸਾਡੇ ਗੁਰੂ ਘਰ ਦੇ ਵਿੱਚ ਅਕਬਰ ਬਾਦਸ਼ਾਹ ਹੋਵੇ ਜਾਂ ਕੰਗਾਲ ਹੋਵੇ ਸਿੱਖ ਜਿਹਨੇ ਨਿੱਕਾ ਪੈਸਾ ਨਹੀਂ ਦੇਣਾ ਉਹਨਾਂ ਦਾ ਰੁਤਬਾ ਉਹਨਾਂ ਦੀ ਅਹਿਮੀਅਤ ਇੱਕੋ ਜਿਹੀ ਹੈ ਇਹ ਰਾਜਾ ਮਹਾਰਾਜਾ ਨੂੰ ਹੀ ਪਤਾ ਸਾਡੇ ਰਾਜੇ ਮਹਾਰਾਜੇ ਮਿਸਲਾਂ ਦੇ ਸਰਦਾਰ ਉਹਨਾਂ ਨੂੰ ਹੀ ਪਤਾ ਸਾਡੀ ਗੁਰੂ ਘਰ ਦੇ ਵਿੱਚ ਕੋਈ 10 ਪੈਸੇ ਪਾਉਂਦਾ ਹੈ ਕੋਈ 10 ਕਰੋੜ ਪਾਉਂਦਾ ਹੈ ਪਰ ਪਾਉਂਦਾ ਹੈ ਗੁਪਤ ਰੂਪ ਚ ਕਿਸੇ ਨੂੰ ਦੱਸਦਾ ਨਹੀਂ ਕੋਈ ਰਸੀਦ ਨਹੀਂ ਮੰਗਦਾ ਉਹਨੂੰ ਅਸੀਂ ਦਾਨ ਨਹੀਂ ਕਹਿੰਦੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਉਸ ਦਸਵੰਦ ਨੂੰ ਤੁਸੀਂ ਬੜੇ ਚੰਗੇ ਢੰਗ ਨਾਲ ਗਰੀਬ ਦੇ ਭਲੇ ਲਈ ਵਰਤੋ ਇਹ ਸਾਡਾ ਸ਼ੁਰੂ ਤੋਂ ਮਿਸ਼ਨ ਹੈ ਕਰੋਨਾ ਤੇ ਅੱਜ ਆਇਆ ਲੇਕਿਨ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਇਹ ਕਰੋਨਾ ਜਿਹੜਾ ਸਾਡੀਆਂ ਜਣਾਾਂ ਚ ਫੈਲਿਆ ਹੋਇਆ ਈਮਾਨਦਾਰੀ ਤੇ ਬੇਈਮਾਨੀ ਜਿਹੜੀ ਆ ਇਹ 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 ਕਰੋਨਾ ਜਿਹੜਾ ਜਣਾਾਂ ਚ ਫੈਲਿਆ ਹੋਇਆ ਅਸੀਂ ਗਰੀਬ ਗਰੀਬ ਹੁੰਦਾ ਜਾ ਰਿਹਾ ਅਮੀਰ ਅਮੀਰ ਹੁੰਦਾ ਜਾ ਰਿਹਾ ਤੇ ਅਸੀਂ ਇੱਕ ਦੂਸਰੇ ਦੀ ਹੈਲਪ ਨਹੀਂ ਕਰਦੇ ਗੁਰੂ ਸਾਹਿਬ ਨੇ ਉਹ ਦਸਵੰਦ ਤੋਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਧਿਆਨ ਦੇਣ ਲਈ ਸਾਨੂੰ ਪ੍ਰੇਰਿਆ ਸੀ ਉਹ ਅੱਜ ਜੇ ਅਮਤਾਬ ਬਚਨ ਨੇ ਉਹ ਸਾਡਾ ਦੁਸ਼ਮਣ ਆ ਜਾ ਉਹਨੇ ਸਾਡੇ ਨਾਲ ਦੁਸ਼ਮਣੀ ਕਮਾਈ ਆ ਜਾਂ ਲਲਕਾਰਾ ਮਾਰ ਕੇ ਸਿੱਖਾਂ ਨੂੰ ਮਰਵਾਇਆ ਤੇ ਉਹ দান ਦੇਣਾ ਚਾਹੁੰਦਾ ਕਰੋਨਾ ਲਈ ਤੇ ਉਹ ਦੇ ਸਕਦਾ ਕਿਤੇ ਵੀ ਦੇ ਸਕਦਾ ਉਹਦੇ ਲਈ ਉਹਦੀ ਐਟਟਾਈਟਿਊਡਮੈਂਟ ਕਿਉਂ ਹੋਵੇ ਉਹਦੇ ਲਈ ਉਹਦੇ ਲਈ ਸਵਾਗਤੀ ਲਫ਼ਜ਼ ਕਿਉਂ ਹੋਣ ਜਿਹੜੇ ਇਹ ਸਰਸਾ ਨੇ ਬੋਲੇ ਕਿ ਮੈਂ ਪਤਾ ਨਹੀਂ ਕਿਹੜੇ ਲਫ਼ਜ਼ ਨਹੀਂ ਮੇਰੇ ਕੋ ਮੈਂ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਾਂ ਜਿਹੜਾ ਉਹਨਾਂ ਨੇ ਸਾਨੂੰ ਨਵਾਜਿਆ ਤੇ ਚੰਗੇ ਲਫਜ਼ ਕਹਿ ਕੇ ਨਵਾਜਿਆ ਉਹ ਤੇ ਐਕਟਰ ਆ ਉਹ ਤੇ ਬੜਾ ਪਤਾ ਨਹੀਂ ਕੀ ਕੀ ਕਹਿ ਕੇ ਨਵਾਜੂਗਾ ਸਾਨੂੰ ਇਸ ਉੱਤੇ ਨਾ ਪਾਉਂਦੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਫਿਰ ਦੇ ਦਿੰਦੇ ਕੋਈ ਗੱਲ ਨਹੀਂ ਮੈਨੂੰ ਦਿੱਕਤ ਕਿਉਂ ਨਹੀਂ ਸੀ ਦਿੱਕਤ ਕਿਉਂ ਨਹੀਂ ਸੀ ਅਸੀਂ ਇਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਿਹਾ ਦਿੱਲੀ ਜਾ ਕੇ ਮੈਂ ਕਿਹਾ ਸਰਸਾ ਇਹ ਡੈਲਸਸ ਸੈਂਟਰ ਜਿਹੜਾ ਤੂੰ ਖੋਲਿਆ ਇਹ ਕਿਹਦੇ ਨਾਲ ਡੀਲ ਕੀਤੀ ਐ ਸਾਨੂੰ ਡੀਲ ਦਿਖਾ ਕੀ ਲਿਖਿਆ ਉੱਤੇ ਕਿਹਦੇ ਨਾਲ ਡੀਲ ਕੀਤੀ ਹਾਂ ਕਿਹੜੀ ਕਿਹੜੀ ਕੰਪਨੀ ਆ ਕਿਹੜੀ ਸੰਸਾ ਜਿਹਦੇ ਨਾਲ ਤੂੰ ਇਹ ਡੀਲ ਕਰਕੇ ਸੈਂਟਰ ਖੋਲਿਆ ਇੱਥੇ ਕੋਈ ਮਰ ਗਿਆ ਤਾਂ ਉਹਦੀ ਜਵਾਬਦੇਹੀ ਕੋ ਸਾਡੀ ਤੇ ਪੈਣੀ ਹੈ ਥਾਂ ਸਾਡੀ ਹੈ ਤੂੰ ਕੀ ਡੀਲ ਕੀਤੀ ਆ ਕਿਦਾਂ ਲੈ ਕੀਤੀ ਸਾਨੂੰ ਦੱਸ ਨਹੀਂ ਦੱਸ ਰਿਹਾ ਫੇਰ ਇਹ ਜੀ ਕਿਸੇ ਦਾਨੀ ਨੇ ਸਾਨੂੰ ਦਿੱਤਾ ਐ MRI ਇਹ ਕਈ ਮਹੀਨਿਆਂ ਤੋਂ ਲੁਕਾ ਕੇ ਤੁਰਿਆ ਆ ਰਿਹਾ ਲੁਕਾ ਕੇ ਤੁਰਿਆ ਆ ਰਿਹਾ ਹੁਣ ਜਦੋਂ ਸਾਹਮਣੇ ਆ ਗਿਆ 2 ਕਰੋੜ ਲੈ ਕੇ ਉਹ ਨਾਲ ਕੁਝ ਉਹਦੇ ਦਲਾਲ ਤੇ ਇਹ 2 ਕਰੋੜ ਦੱਸਣਾ ਪੈ ਗਿਆ ਜਦੋਂ 2 ਕਰੋੜ ਦੀ ਗੱਲ ਚੱਲੀ ਤੇ ਇਹ ਮੁਤਾਬ बच्चन ਦੀ ਗੱਲ ਚੱਲੀ ਤੇ ਮੁਤਾਬ बच्चन ਨੇ ਇਤਰਾਜ਼ ਕੀਤਾ ਕਿ 2 ਕਰੋੜ 2 ਕਰੋੜ ਦੀ ਗੱਲ ਹੋ ਰਹੀ 10 ਕਰੋੜ ਦੀ ਕਿਉਂ ਨਹੀਂ ਹੋ ਰਹੀ ਮੈਂ ਤੇ 10 ਕਰੋੜ ਦਿੰਦਾ ਹੁਣ ਜਿਹੜਾ 10 ਕਰੋੜ ਲੈ ਕੇ ਇਹਨਾਂ ਨੇ ਖਰਚਿਆ ਜਿਹੜੇ ਤਰੀਕੇ ਨਾਲ ਉਹਨੂੰ ਵਰਤਿਆ ਉਹ ਦੁਨੀਆ ਨੇ ਦੇਖਿਆ ਅਸੀਂ ਤੇ ਅੱਜ ਵੀ ਤੁਸੀਂ ਦੇਖ ਲਓ ਰਕਾਬਗੰਜ ਬੈੱਡ ਲੱਗੇ ਨੇ ਬੰਦੇ 40 50 ਹੋਣਗੇ ਉਹ ਵੀ ਕੱਲ੍ਹ ਦੇ ਆਏ ਨੇ ਇੱਕ ਸਾਡੇ ਕੋਲ ਇੰਸਟੀਚੂਟ ਨੇ ਸਾਡੇ ਕੋਲ ਕਾਲਜ ਨੇ ਸਕੂਲ ਬੰਦ ਪਏ ਨੇ ਸਾਲਾਂ ਤੋਂ ਉਹਨਾਂ ਦੇ ਵਿੱਚ ਤੁਸੀਂ ਸੈਂਟਰ ਬਣਾ ਸਕਦੇ ਸੀ ਅੱਜ ਜਿਹੜਾ ਗੁਰਦੁਆਰਾ ਮਿਆ ਜਿਹੜੇ ਜਿਹੜੇ ਜਿੱਥੇ ਅਸੀਂ ਰੋਜ਼ ਦੀਵਾਨ ਲਾਉਂਦੇ ਆ ਜਿੱਥੇ ਰੋਜ਼ ਵਿਆਹ ਸ਼ਾਦੀਆਂ ਹੁੰਦੀਆਂ ਉਥੇ ਇਹ ਤੁਸੀਂ ਜਿਹੜੀ ਕਰੋਨਾ ਦੇ ਇਲਾਜ ਲਈ ਸੈਂਟਰ ਹੀ ਅਲੱਗ ਤੋਂ ਬਣਾਏ ਸਰਕਾਰਾਂ ਨੇ ਬੇਵਕੂਫ ਨੇ ਪਤੂਏ تھے ਜਿਹੜਾ ਜਿੱਥੇ ਸਾਡੇ ਬੱਚੇ ਆਉਣੇ ਨੇ ਜਿੱਥੇ ਸਾਡੀ ਇੱਕ ਇੱਕ ਸੰਸਾ ਚੱਲ ਰਹੀ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਜਿੱਥੇ ਸਾਡੇ ਜਿਹੜੇ ਮੁਲਾਜ਼ਮ ਰਹਿੰਦੇ ਉਹਨਾਂ ਦੇ ਛੋਟੇ ਛੋਟੇ ਬੱਚੇ ਚਾਰਜ ਫੇਰੇ ਖੇਡਦੇ ਨੇ ਤੁਸੀਂ ਉਥੇ ਸੈਂਟਰ ਬਣਾ ਰਹੇ ਹੋ ਨਾ ਉਥੇ ਟਾਇਲਟ ਨਾ ਉਥੇ ਬਾਥਰੂਮ ਇਹ ਇਹ ਕੀ ਡਰਾਮਾ ਹੈ ਆਪਣੀ ਆਪਣੀ ਸ਼ਕਲ ਦਿਖਾਉਣ ਲਈ ਆਪਣੀ ਪ੍ਰਪਤਾ ਕਰਾਉਣ ਲਈ ਤੁਸੀਂ ਲੱਖ ਲੱਖ ਰੁਪਇਆ ਗੋਲ ਖਦਾ ਜਿਹੜਾ ਟੀਵੀ ਵਾਲਿਆਂ ਨੂੰ ਦਿਓ ਲੱਖਾਂ ਰੁਪਏ ਦਾ ਅੱਜ ਤੁਸੀਂ ਫੰਡ ਕੱਢ ਕੇ ਤੇ ਅੱਧੇ ਅੱਧੇ ਘੰਟੇ ਬਾਅਦ ਇਹ ਮਸ਼ਹੂਰੀ ਆ ਰਹੀ ਹੈ ਕਿ ਦਿੱਲੀ ਪ੍ਰਬੰਧਕ ਕਮੇਟੀ ਪੌਂਟੀ ਚੜਾ ਫਲਾਨਾ ਢੀਂਗੜਾ ਇਹ ਇਹ ਕਰ ਰਹੇ ਪਰਉਪਕਾਰ ਕਰ ਰਹੇ ਨੇ ਇਸ ਮੁੱਦੇ ਦਾ ਸਿਰਸੇ ਨੂੰ ਲੱਗਦਾ ਨੁਕਸਾਨ ਹੋਏਗਾ ਨੁਕਸਾਨ ਉਹਦਾ ਨਹੀਂ ਹੋਊਗਾ ਤੇ ਹੋਊਗਾ ਕੀ ਦਾ ਉਸ ਬੰਦੇ ਨੇ ਗੁਰੂ ਦੀ ਗੋਲਕ ਦਾ ਮਿਸਯੂਜ਼ ਕੀਤਾ ਉਸ ਉਸ ਬੰਦੇ ਨੇ ਸਿੱਖਾਂ ਦੇ ਪੱਗ ਨੂੰ ਹੱਥ ਪਾਇਆ ਇੱਕ ਬੰਬਈ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਜਿਹੜਾ ਦਲਾਲ ਆ ਇਹਦੀ ਤਰ੍ਹਾਂ ਹੀ ਇਹ ਵੀ ਦਲਾਲ ਆ ਇਹ ਇਹਦੀ ਇਹਨੂੰ ਦਲਾਲ ਦੇਖ ਕੇ ਅਮਤਾਬ ਬੱਚਨ ਦੀ ਨਿਗਾਹ ਇਹਦੇ ਤੇ ਆਈ ਕਿ ਇਹਦੇ ਥਰੂ ਰਾਮ ਰਹੀਮ ਨੂੰ ਕਲੀ ਚਿੱਟ ਮਿਲੀ ਤੇ ਇਹਦੇ ਥਰੂ ਹੀ ਅਸੀਂ ਇਹਨੂੰ ਅਮਤਾਬ ਬੱਚਨ ਨੂੰ ਦੋਣੀ ਇਹ ਇਹਨਾਂ ਨੇ ਟੈਸਟ ਕੀਤਾ ਸੀ ਛੋਟਾ ਜਿਹਾ ਲੇਕਿਨ ਇਹ ਇਹ ਸਰਸਾ ਭੁੱਲ ਗਿਆ ਕਿ ਇਹ ਲੋਕ ਸਿੱਧ ਸੇਖ ਕੌਮ ਭੁੱਲੜ ਹੋ ਸਕਦੀ ਆ ਲੇਕਿਨ ਯਾਦ ਰੱਖੀ ਤੁਸੀਂ ਸਾਬ ਕਹਿੰਦੇ ਕਿ ਕਰੋਨਾ ਦੇ ਵਿੱਚ ਪਿਛਲੇ ਸਾਲ ਵੀ ਅਸੀਂ ਬਹੁਤ ਕੰਮ ਕੀਤਾ ਸਾਡੇ ਮੈਨੇਜਮੈਂਟ ਨੇ ਬਹੁਤ ਕੰਮ ਕੀਤਾ ਕਿਸਾਨਾਂ ਦੇ ਮੁੱਦੇ ਦੇ ਉੱਤੇ ਵੀ ਬਹੁਤ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਉਹ ਕਿਤਨਾ ਕਿਤੇ ਪੋਜ਼ਿਟਿਵ ਪੁਆਇੰਟ ਉਹਨਾਂ ਲਈ ਹੋਣਗੇ ਜੀ ਇੱਕ ਢਾਬਾ ਆ 골ਡਨ ਢਾਬਾ ਜਿੱਥੇ ਲੱਗਾ ਹੋਇਆ ਮੋਰਚਾ ਉਹ ਜਦੋਂ ਦਾ ਮੋਰਚਾ ਲੱਗਾ ਉਹਦੇ ਲੰਗਰ ਲੱਗਾ ਕਿਸਾਨਾਂ ਦਾ ਵੱਖਰਾ ਉਹ ਆਪਣੀ ਦਸਾਂ ਅਰੋਹਾਂ ਦੀ ਕਿਰਤ ਚੋਂ ਲੰਗਰ ਲਾ ਰਿਹਾ 50000 ਰੁਪਏ ਦਾ ਰੋਜ਼ ਪਾਣੀ ਦੇ ਰਿਹਾ ਹੈ ਪੀਣ ਲਈ ਸਿੱਖਾਂ ਨੂੰ ਉੱਥੇ ਪ੍ਰਧਾਨ ਤੇ ਉਹਨੂੰ ਬਣਾਉਣਾ ਚਾਹੀਦਾ ਸਾਨੂੰ ਇਹਨੇ ਆਪਣੀ ਜੇਬ ਚੋਂ ਲਾਇਆ ਜੇ ਕਿਤੇ ਲੰਗਰ ਲਾਇਆ ਤੋ ਤੇ 24 ਘੰਟੇ ਸਾਲਾਂ ਤੋਂ ਲਗਾ ਰਿਆ ਇਹਨੇ ਕੀ ਲਾਤਾ ਉਹ ਚ ਇਹਨੇ ਪੈਸੇ ਕਿੰਨੇ ਮੰਗੇ ਇਹ ਵੀ ਤੇ ਦੱਸੋ ਨਾ ਇਹ ਤੇ 10 ਕਰੋੜ ਦੇਣ ਵਾਲਾ ਅੱਜ ਬੋਲਿਆ ਪਤਾ ਨਹੀਂ ਇਹਨੇ ਕਿੰਨੇ ਕਰੋੜ ਦੂਸਰਿਆਂ ਘਰਾਣਿਆਂ ਤੋਂ ਲਏ ਤੇ ਇਹਦਾ ਜਿਹੜੇ ਕੋਲੇ ਇੰਟਰਨੈਸ਼ਨਲ ਮੰਗਤਾ ਇੱਕ ਗਿਆਨੀ ਰਣਜੀਤ ਸਿੰਘ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦਾ ਨਾਮ ਬਾਹਰ ਚ ਲੈਂਦਾ ਪਹਿਲਾਂ ਸਰਸੇ ਦਾ ਲੈਂਦਾ ਫਿਰ ਪੈਸੇ ਮੰਗਣ ਲੱਗ ਪੈਂਦਾ ਉਹ ਦੱਸੂਗਾ ਕਿੰਨੇ ਪੈਸੇ ਨਾਲ ਠੱਗਿਆ ਲੋਕਾਂ ਕੋਲ ਤੇ ਇਲਾਜ ਕਿਦਾ ਕੀਤਾ ਇਲਾਜ ਅੱਜ ਵੀ ਜੋ ਕਰੋਨਾ ਦੀ ਹਾਲਤ ਆ 40 ਤੋਂ 50 ਉੱਥੇ ਬੈੱਡ ਨਹੀਂ ਭਰੇ ਹੋਣਗੇ ਤੁਸੀਂ 500 ਬੈੱਡ ਲਾ ਕੇ ਤੇ ਫੋਟੋਆਂ ਦਿਖਾਈ ਜਾ ਰਹੇ ਹੋ ਕਈ ਦਿਨਾਂ ਤੋਂ ਅਸੀਂ ਸੈਂਟਰ ਬਣਾਤੇ ਅਸੀਂ ਹਸਪਤਾਲ ਬਣਾਤੇ ਇਹ ਲੋਕ ਪਰਉਪਕਾਰ ਕਰਨ ਲਈ ਆਲ ਓਰ ਵਰਲਡ ਦੇ ਵਿੱਚ ਸਿੱਖ ਜਿਹੜੇ ਨੇ ਬਾਹਰ ਨਿਕਲ ਕੇ ਆਪਣੇ ਆਪਣੀ ਦਸਾਨਵਾਂ ਦੀ ਕਿਰਤ ਦੇ ਵਿੱਚੋਂ ਪਰਉਪਕਾਰ ਕਰ ਰਹੇ ਨੇ ਤੇ ਰਾਸ਼ਟਰਪਤੀ ਜਿਹੜੇ ਦੂਸਰੇ ਦੇਸ਼ਾਂ ਦੇ ਉਹਨਾਂ ਦੀ ਤਾਰੀਫ਼ ਕਰ ਰਿਹਾ ਹੈ ਇਹ ਪਹਿਲਾ ਬੰਦਾ ਹੈ ਜਿਹਨੇ ਗੁਰੂ ਘਰ ਜੀ ਦੇ ਤੇ ਕਲਮ ਤੇ ਚੱਲਦੀ ਹੈ ਕਰੋੜਾਂ ਤੇ ਪ੍ਰਧਾਨ ਆ ਲੇਕਿਨ ਮੰਗਤਾ ਇੰਟਰਨੈਸ਼ਨਲ ਲੈਵਲ ਦਾ ਬਣਿਆ ਹੋਇਆ ਔਰ ਮੈਸੂਜ ਕੀਤਾ ਪੈਸੇ ਦਾ ਇਸ ਬੰਦੇ ਨੇ ਕੀਤਾ ਕੁਛ ਨਹੀਂ ਵਿਖਾਵਾ ਇੰਨਾ ਵੱਡਾ ਕਿ ਅਸੀਂ ਅੱਜ ਰਿਜ਼ਲਟ ਪੁੱਛੀਏ ਕੀ ਆ ਤੇ ਕੀ ਦੱਸੂਗਾ ਜੀ ਇਹ ਭਾਈ ਸਾਹਿਬ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਵੇਲੇ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਅਪੀਲ ਕੀ ਹੋएगी ਤੁਹਾਡੇ ਵੱਲੋਂ ਮੇਰੀ ਅਪੀਲ ਇਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਲਾਣਾ ਇਹਨਾਂ ਨੂੰ ਗੁਰਤਾਮਾਚੋਂ ਬਾਹਰ ਕਰ ਦਿਓ ਰੱਬ ਦਾ ਵਾਸਤਾ ਅਸੀਂ ਬਚ ਜਾਵਾਂਗੇ ਸਾਡੇ ਬੱਚੇ ਬਚ ਜਾਣਗੇ ਸਾਡੀ ਐਜੂਕੇਸ਼ਨ ਬਚੂਗੀ ਸਾਡੇ ਇੰਸਟੀਚਿਊਟ ਬਚ ਜਾਣਗੇ ਸਾਡੀ ਗੁਰੂ ਦੀ ਗੋਲਗ ਬਚੂ ਉਹਦੀਆਂ ਜ਼ਮੀਨਾਂ ਬਚ ਜਾਣਗੀਆਂ ਖਾਲਸਾ ਕਾਲਜ ਵਰਗੇ ਇੰਸਟੀਚਿਊਟ ਬਚ ਜਾਣਗੇ ਸਾਡੇ ਇਹ ਮੇਰੀ ਬੇਨਤੀ ਹੱਥ ਜੋੜ ਕੇ ਧੰਨਵਾਦ ਸੋਨੇ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪਾਈ ਰਣਜੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਇਸ ਵੇਲੇ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਭਾਵੇਂ ਕੈਪਟਨ ਸਾਹਿਬ ਹੋਣ ਭਾਵੇਂ ਬਾਦਲ ਸਾਹਿਬ ਹੋਣ ਤੇ ਆਪਸ ਦੇ ਵਿੱਚ ਰਲੇ ਹੋਏ ਨੇ ਤੇ ਦੂਜੇ ਪਾਸੇ ਅਜੇ ਵੀ ਸਿੱਖਾਂ ਨੂੰ ਜਿਹੜਾ ਇਨਸਾਫ ਉਹ ਨਹੀਂ ਮਿਲੇਗਾ ਪਰ ਇਨਸਾਫ ਮਿਲੋ ਕਦੋਂ ਇਹ ਸਵਾਲ ਦੇ ਨਾਲ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਨੰਦਪ੍ਰੀਤ ਨੂੰ ਦੋ ਇਜਾਜ਼ਤ ਦੇਖਦੇ ਹਾਂ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ